ਪੰਜਾਬੀ ਸਾਹਿਤ ਦੀ ਫੁਲਵਾੜੀ ਲਈ 27 ਜੂਨ 1919 ਦਾ ਦਿਨ ਭਾਗਾਂ ਭਰਿਆ ਸੀ। ਇਸ ਦਿਨ ਪਿਤਾ ਸਰਦਾਰ ਮਾਲਾ ਸਿੰਘ ਗਿੱਲ ਅਤੇ ਮਾਤਾ ਹਰਨਾਮ ਕੌਰ ਜੀ ਦੇ ਘਰ ਟੁੱਡੀ ਕੇ ਪਿੰਡ ਦੀ ਕਪੂਰਾ ਪੱਤੀ ਵਿੱਚ ਜਸਵੰਤ ਸਿੰਘ ਦਾ ਜਨਮ ਹੋਇਆ, ਜਿਸ ਨੇ ਬਾਅਦ ਵਿੱਚ ਪੰਜਾਬੀ ਸਾਹਿਤ ਦੀ ਫੁਲਵਾੜੀ ਨੂੰ ਕਮਲ ਬਣ ਕੇ ਮਹਿਕਾਇਆ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਅਤੇ ਕਰਤਾਰ ਕੌਰ, ਭਗਵਾਨ ਕੌਰ ਅਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਸੀ। ਉਹਨਾਂ ਦਾ ਵਿਆਹ 1943 ਨੂੰ ਸ਼੍ਰੀਮਤੀ ਮੁਖਤਿਆਰ ਕੌਰ ਦੇ ਨਾਲ ਹੋਇਆ। ਉਹਨਾਂ ਦੇ ਘਰ ਚਾਰ ਬੇਟੀਆਂ ਅਤੇ ਇੱਕ ਬੇਟੇ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਅਮਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ ਅਤੇ ਭੁਪਿੰਦਰ ਕੌਰ ਧੀਆਂ ਅਤੇ ਸਰਬਜੀਤ ਸਿੰਘ ਗਿੱਲ ਸਪੁੱਤਰ ਹੈ। ਪਿੰਡ ਟੁੱਡੇਕੇ ਵਿੱਚ ਇੱਕ ਭਜਨ ਬੰਦਗੀ ਵਾਲਾ ਫਕੀਰ ਰਹਿੰਦਾ ਸੀ, ਜਿਸ ਤੋਂ ਉਹਨਾਂ ਨੇ ਵੇਦਾਂਤ ਪੜ੍ਹ ਗਿਆਨ ਹਾਸਲ ਕੀਤਾ। ਬਸ 9 ਕੁ ਜਮਾਤਾਂ ਪੜ੍ਹੇ ਕਮਲ ਨੂੰ ਰੋਜ਼ੀ ਰੋਟੀ ਲਈ ਮਲਾਇਆ ਦੇ ਜੰਗਲਾਂ ਵਿੱਚ ਥਾਈਲੈਂਡ ਦੀ ਸੀਮਾ ਨੇੜੇ ਰਾਤ ਨੂੰ ਪਹਿਰੇਦਾਰੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀਬਾੜੀ ਵੀ ਕਰਨੀ ਪਈ। ਉਹ ਕਿਤਾਬਾਂ ਲਾਹੌਰ ਤੋਂ ਖਰੀਦ ਕੇ ਲਿਆਉਂਦੇ ਸਨ ਅਤੇ ਪੜ੍ਹਦੇ ਸਨ। ਉਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵੀ ਨੌਕਰੀ ਕਰਨੀ ਪਈ। ਉਸ ਸਮੇਂ ਇੱਕ ਗਿਆਨੀ ਤੋਂ ਪਿੰਗਲ ਦੀ ਜਾਣਕਾਰੀ ਵੀ ਲਈ। ਖਿਆਲ ਜ਼ਿੰਦਗੀ ਬਾਰੇ ਉਹਨਾਂ ਦੀ ਪਹਿਲੀ ਕਿਤਾਬ ਜੀਵਨ ਕੜੀਆਂ ਵਿੱਚ ਛਪੀ। ਉਸ ਤੋਂ ਬਾਅਦ ਚੱਲ ਸੋ ਚੱਲ ਕਿਤਾਬਾਂ ਛਪਦੀਆਂ ਰਹੀਆਂ, ਤਾਂਹੀਓ ਉਹਨਾਂ ਦੀਆਂ ਕਿਤਾਬਾਂ ਦੀ ਲਿਸਟ ਬਹੁਤ ਲੰਮੀ ਹੋ ਚੁੱਕੀ ਹੈ। ਨਾਵਲਕਾਰ ਦੀਆਂ ਪ੍ਰਕਾਸ਼ਿਤ ਕਿਤਾਬਾਂ ਇਸ ਪ੍ਰਕਾਰ ਹਨ: ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਸ, ਜੰਗਲ ਦੇ ਸ਼ੇਰ, ਮੌੜਾ, ਜੇਰਾ, ਮੂਮਲ, ਦੇਵਦਾਸ, ਸੁਰਸਾਂਝ, ਮਨੁੱਖਤਾ, ਰੂਪਧਾਰਾ, ਹਾਣੀ, ਮਿੱਤਰ ਪਿਆਰੇ ਨੂੰ, ਭਵਾਨੀ, ਤਾਰੀਖ ਵੇਖਦੀ ਹੈ, ਬਰਫ਼ ਦੀ ਅੱਗ, ਲਹੂ ਦੀ ਲੋ, ਖੂਨ ਕੇ ਸੋਇਲੇ ਗਵਾਇਓ ਨਾਨਕ, ਤੁਸ਼ਾਲੀ ਦੀ ਹੰਸੋ, ਐਨਿਆਂ 'ਚੋਂ ਉੱਠੇ ਸੂਰਮਾ, ਅਹਿਸਾਸ, ਸੂਰਮੇ, ਹੁਨਰ ਦੀ ਜਿੱਤ, ਖੂਬਸੂਰਤ ਦੁਸ਼ਮਣ, ਗੁਆਚੀ ਪੱਗ, ਜੂਹੂ ਦਾ ਮੋਤੀ, ਮਰਨ ਮਿੱਤਰਾਂ ਦੇ ਅੱਗੇ, ਭਾਵਨਾ ਗੋਰਾਮੁੱਖ ਸੱਜਣਾ ਦਾ, ਸੰਦੂਰ ਰੂਹ ਦਾ ਹਾਣੀ, ਲੰਮੇ ਵਾਲਾਂ ਦੀ ਪੀੜ, ਰੂਪਮਤੀ, ਚਿੱਕੜ ਅਤੇ ਕਮਲ, ਫੁੱਲਾਂ ਦਾ ਮਾਲੀ, ਜ਼ਿੰਦਗੀ ਦੂਰ ਨਹੀਂ, ਕੰਡੇ, ਮਾਈ ਦਾ ਲਾਲ, ਹੌਂਕਾ ਅਤੇ ਮੁਸਕਾਨ, ਰੂਪ ਅਤੇ ਰਾਖੇ, ਜੰਡ ਪੰਜਾਬ ਦਾ, ਮੁਕਤੀ ਮਾਰਗ, ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿੱਚ, ਲੱਦਾ ਪਰੀ ਦੇ ਚੰਨ ਉਜਾੜੇ ਵਿੱਚੋਂ, ਸਾਧਨਾ, ਸੁੰਦਰਾ ਇੱਕ ਹੋਰ ਹੈਨਲ, ਨਵਾਂ ਸੰਨਿਆਸ, ਕਾਲੇ ਹੰਸ, ਚੀਲ ਦਾ ਮੋਤੀ, ਹਾਲ ਮੁਰੀਦਾਂ ਦਾ, ਸੱਚ ਕੀ ਵੇਲਾ, ਪੰਜਾਬ ਤੇਰਾ ਕੀ ਬਣੂ, ਆਪਣਾ ਕੌਮੀ ਘਰ, ਕੌਮੀ ਲਲਕਾਰ, ਸਾਡੇ ਦੋਸਤ ਸਾਡੇ ਦੁਸ਼ਮਣ, ਪੰਜਾਬ ਦਾ ਸੱਚ, ਪੰਜਾਬੀਓ ਜੀਣਾ ਕੇ ਮਰਨਾ, ਜਿਤਨਾਵਾਂ ਸਿੱਖ ਜੱਦੋ ਜਹਿਦ ਜਾਰੀ ਰਹੇ, ਕਮਲ ਕਹਿੰਦਾ ਰਹੇ, ਦੂਜਾ ਜ਼ਫਰਨਾਮਾ, ਪੁੰਨਿਆਂ ਦਾ ਚਾਨਣ, ਸਵੈ ਜੀਵਨੀ ਆਦਿ। ਜਸਵੰਤ ਸਿੰਘ ਕਮਲ ਦੇ ਇਨਾਮਾਂ ਦੀ ਲਿਸਟ ਵੀ ਕਾਫੀ ਲੰਮੀ ਹੈ। ਜਿੰਨਾ ਕਮਲ ਸਾਹਿਬ ਨੂੰ ਸਾਹਿਤ ਖੇਤਰ ਦੇ ਵਿੱਚ ਮਾਣ ਸਨਮਾਨ ਮਿਲਿਆ, ਉਨਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸਾਹਿਤ ਸ਼੍ਰੋਮਣੀ ਅਵਾਰਡ, ਭਾਸ਼ਾ ਵਿਭਾਗ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ ਦਿੱਲੀ, ਪੰਜਾਬ ਸਾਹਿਤ ਰਤਨ, ਪੰਜਾਬ ਸਰਕਾਰ ਦੇ ਅਦਾਰੇ ਭਾਸ਼ਾ ਵਿਭਾਗ ਵੱਲੋਂ ਅਤੇ ਪੰਜਾਬੀ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡਾਕਟਰ ਦੀ ਉਪਾਧੀ ਅਤੇ ਹੋਰ ਸਾਹਿਤ ਸਭਾਵਾਂ ਅਤੇ ਕਲੱਬਾਂ ਵੱਲੋਂ ਤਾਂ ਸੈਂਕੜੇ ਇਨਾਮ ਸਨਮਾਨ ਮਿਲ ਚੁੱਕੇ। ਸਭ ਤੋਂ ਵੱਡਾ ਸਨਮਾਨ ਡਾਕਟਰ ਜਸਵੰਤ ਕੌਰ ਗਿੱਲ ਦਾ ਉਹਨਾਂ ਦੇ ਨਾਵਲ ਰਾਤ ਬਾਕੀ ਹੈ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸਾਹਿਤਕ ਸਾਥਣ ਬਣ ਜਾਣਾ ਅਤੇ ਅਖੀਰ 'ਤੇ ਸਾਹਿਤਕ ਸਾਥਣ ਤੋਂ ਜੀਵਨ ਸਾਥਣ ਵੱਲ ਮੋੜਾ ਖਾਣਾ, ਇਹ ਜਸਵੰਤ ਸਿੰਘ ਕੰਵਲ ਦੇ ਹਿੱਸੇ ਆਇਆ। ਕਮਲ ਖੁਸ਼ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ। ਉਹ ਆਕਾਸ਼ ਨੂੰ ਹੱਥ ਲਾ ਕੇ ਪਤਾਲਾਂ ਤੱਕ ਜਾ ਪਹੁੰਚਣ ਵਾਲਾ ਨਾਵਲਕਾਰ ਸੀ। ਲੇਖਕ ਸਮੁੰਦਰ ਨੂੰ ਕੁੱਜੇ ਦੇ ਵਿੱਚ ਬੰਦ ਕਰ ਦਿੰਦਾ ਸੀ। ਕਈ ਕਈ ਪਾਤਰਾਂ ਨੂੰ ਇਕੱਠਿਆਂ ਤੋਰਨ ਦੀ ਕਲਾ ਉਸ ਵਿੱਚ ਸੀ। ਕਮਲ ਨੇ ਪੰਜਾਬੀ ਨਾਵਲ ਦਾ ਘੇਰਾ ਵਿਸ਼ਾਲ ਕੀਤਾ। ਉਸਦੇ ਨਾਵਲ ਪੜ੍ਹਦਿਆਂ ਕੋਈ ਵੀ ਪਾਠਕ ਨਾਵਲ ਵਿਚਕਾਰ ਨਹੀਂ ਛੱਡਦਾ, ਸਗੋਂ ਪੂਰਾ ਪੜ੍ਹ ਕੇ ਹੀ ਦਮ ਭਰਦਾ। ਲਿਖਤ ਵਿੱਚ ਸੱਚਾਈ ਤਾਂ ਹੈ ਹੀ, ਪਰ ਮਿਠਾਸ ਵੀ ਬਹੁਤ ਹੈ। ਨਾਵਲਕਾਰ ਨੇ ਅਜਿਹੀਆਂ ਸਾਹਿਤਕ ਲਿਖਤਾਂ ਲਿਖੀਆਂ, ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸਾਹਿਤਕ ਖੇਤਰ ਵਿੱਚ ਉੱਚੀਆਂ ਛਾਲਾਂ ਲਾਉਣ ਵਾਲੇ
कमल विच अखीर तक चुस्ती फुर्ती जून दी त्यों रहे। उन्होंने विदेश के अनेक टूर लाए सन। उन्होंने सब तो वध पाठक बनाए सन। अनेक मुसीबतों ने उन्होंने राह दे विच रोड़ा लाया, पर वह भर वगदे दरिया विच किते खड़ौत ना आई। वह माँ बोली का सपुत्र जसवंत सिंह कमल 1 फरवरी 2020 नूं सवेरे रब नूं प्यारा हो गया। उस दीआं रचनावां उन्हां दी याद नूं हमेशा तरोताजा रखणगीआं।